ਸਤਿ ਸ਼੍ਰੀ ਅਕਾਲ ਜੀ। 31 ਜੁਲਾਈ ਦੀ ਮੋਰਨਿੰਗ ਸ਼ਿਫਟ ਜਿਹੜੀ ਹੋਈ ਆ ਉਹਦੇ ਕੁਐਸਚਨ ਲੈ ਕੇ ਆਏ ਹਾਂ। ਮਿਸ਼ਨ ਪੰਜਾਬ ਪੁਲਿਸ ਯਾਦ ਰੱਖਿਓ, ਅਤੇ ਨਾਲ ਹੀ ਆਪਣੇ 5000 ਸਬਸਕ੍ਰਾਈਬਰ ਪੂਰੇ ਕਰਾਉਣੇ ਆ ਤੁਸੀਂ ਸਾਰਿਆਂ ਰਲ ਕੇ, ਅਤੇ ਉਹ ਤਾਂ ਹੀ ਪੋਸੀਬਲ ਆ ਜੇ ਤੁਸੀਂ ਹਰ ਇੱਕ ਵੀਡੀਓ ਨੂੰ ਦੇਖਦੀ ਸਾਰ ਲਾਈਕ ਕਰੋਗੇ, ਅਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ, ਕਮੈਂਟ ਕਰੋਗੇ ਅਤੇ ਸਬਸਕ੍ਰਾਈਬ ਕਰੋਗੇ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਸਨ ਥਾਨਮ ਜਿਹੜੀ ਕਮੇਟੀ ਆ, ਸੰਥਾਨਮ ਕਮੇਟੀ, ਇਹ ਦੁਬਾਰਾ ਰਿਪੀਟ ਹੋਇਆ ਕੁਐਸਚਨ। ਇਹ ਐਂਟੀ ਕਰਪਸ਼ਨ ਦੇ ਅਗੇਂਸਟ ਜਿਹੜੀ ਲੜਨ ਦੇ ਲਈ ਇੱਕ ਇਹ ਕਮੇਟੀ ਬਣਾਈ ਗਈ ਸੀਗੀ 1962 ਦੇ ਵਿੱਚ। ਲਾਲ ਬਹਾਦਰ ਸ਼ਾਸਤਰੀ ਜੀ ਨੇ ਇਸ ਕਮੇਟੀ ਦਾ ਗਠਨ ਕੀਤਾ ਸੀਗਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ, ਇਹ ਕੁਐਸਚਨ ਆਇਆ ਸੀਗਾ ਜੂਨ 1606 ਗੁਰੂ ਹਰਗੋਬਿੰਦ ਜੀ। ਤਾਂ ਹੁਣ ਇਹ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ, ਗੁਰੂ ਹਰਗੋਬਿੰਦ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਠੀਕ ਹੈ ਜੀ। ਓਲਡ ਮੋਤੀ ਮਹਿਲ ਦੀ ਨੀਂਹ ਕਿਸ ਸ਼ਤਾਬਦੀ ਦੇ ਵਿੱਚ ਰੱਖੀ ਗਈ? ਹੁਣ ਮੋਤੀ ਮਹਿਲ ਜਿਹੜੇ ਨੇ ਉਹ ਕਈ ਨੇ ਪੂਰੇ ਇੰਡੀਆ ਦੇ ਵਿੱਚ, ਅਲੱਗ ਅਲੱਗ ਨੇ, ਪਰ ਆਪਾਂ ਹੁਣ ਇੱਥੇ ਦਿੱਲੀ ਵਾਲੇ ਮੋਤੀ ਮਹਿਲ ਦੀ ਗੱਲ ਕਰਨ ਲੱਗੇ ਹਾਂ। 1947 ਦੇ ਵਿੱਚ ਦਿੱਲੀ ਦੇ ਵਿੱਚ ਕੁੰਦਨ ਲਾਲ ਗੁਜਰਾਲ, ਠਾਕੁਰ ਦਾਸ ਮੱਗੂ ਅਤੇ ਕੁੰਦਨ ਲਾਲ ਜੱਗੀ ਤਿੰਨਾਂ ਨੇ ਮਿਲ ਕੇ ਇਹਦੀ ਨੀਂਹ ਰੱਖੀ। ਹੁਣ ਆਹ ਦੇਖੋ ਕਿੰਨਾ ਵਧੀਆ ਕੁਐਸਚਨ ਪਾਇਆ ਉਹਨਾਂ ਨੇ ਇਸ ਵਾਰ। ਪਹਿਲਾ ਕੁਐਸਚਨ ਉਹਨਾਂ ਨੇ ਪੁੱਛਿਆ, ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕਿਹੜਾ ਸੀ? ਗੋਪੀ ਚੰਦ ਭਾਰਗਵ। ਫਿਰ ਉਹਨਾਂ ਨੇ ਕੁਐਸਚਨ ਪੁੱਛਿਆ ਵੀ ਜਦੋਂ ਭਾਰਤ ਆਜ਼ਾਦ ਹੋਇਆ ਸਾਡਾ ਮੁੱਖ ਮੰਤਰੀ ਕੌਣ ਸੀ? ਫਿਰ ਕੁਐਸਚਨ ਪੁੱਛਿਆ 15 ਅਗਸਤ 1947 ਨੂੰ ਮੁੱਖ ਮੰਤਰੀ ਕੌਣ ਸੀ? ਅੱਜ ਜਿਹੜਾ ਕੁਐਸਚਨ ਪੁੱਛਿਆ ਉਹ ਪੁੱਛਿਆ 13 ਅਪ੍ਰੈਲ 1949 ਨੂੰ ਮੁੱਖ ਮੰਤਰੀ ਕੌਣ ਸੀ? ਤਾਂ 13 ਅਪ੍ਰੈਲ 1949 ਤੱਕ ਮੁੱਖ ਮੰਤਰੀ ਰਿਹਾ ਗੋਪੀ ਚੰਦ ਭਾਰਗਵ। ਆਰਟੀਕਲ 243 ਕਾਹਦੇ ਨਾਲ ਰਿਲੇਟਡ ਹੈ? ਐਪਲੀਕੇਸ਼ਨ ਟੂ UT। ਜਨਧਨ ਯੋਜਨਾ ਵਾਰ ਵਾਰ ਪੁੱਛੀ ਜਾ ਰਹੀ ਹੈ, 15 ਅਗਸਤ 2014 ਨੂੰ ਲਾਗੂ ਹੋਈ ਇਹ। 28 ਅਗਸਤ ਨੂੰ PM ਮੋਦੀ ਨੇ ਲਾਲ ਕਿਲ੍ਹੇ ਤੋਂ ਇਹਨੂੰ ਲਾਂਚ ਕੀਤਾ। 5000 ਦਾ ਲੋਨ ਵੀ ਮਿਲ ਸਕਦਾ ਹੈ, ਅੰਡਰ ਫਾਈਨਾਂਸ ਮਿਨਿਸਟਰੀ ਇਹ ਸਕੀਮ ਹੈ। PM ਵਿਸ਼ਵਕਰਮਾ ਯੋਜਨਾ ਕਿਹੜੀ ਹੈ? 17 ਸਤੰਬਰ 2023 ਨੂੰ ਲਾਗੂ ਹੋਈ ਇਸ ਸਕੀਮ ਦੇ ਤਹਿਤ। ਨਾਮ ਦਰਜ ਕਰਾਉਂਦੇ ਹਨ ਜਿਹੜੇ, ਉਹਨਾਂ ਨੂੰ ਟ੍ਰੇਨਿੰਗ ਦੇ ਨਾਲ ਨਾਲ ਲੋਨ ਵੀ ਲੈ ਸਕਦੇ ਨੇ, ਅਤੇ 15000 ਤੱਕ ਦੇ ਰੁਪਈਆ ਮਿਲਦਾ ਉਹਨਾਂ ਨੂੰ ਟੂਲ ਖਰੀਦਣ ਲਈ, ਆਪਣੇ ਕੰਮ ਕਰਨ ਦੇ ਸਾਧਨਾਂ ਦੇ। ਪੰਜਾਬ ਦਾ ਫੋਰੈਸਟ ਏਰੀਆ ਕਿੰਨਾ ਹੈ? ਜੇ ਤਾਂ ਕਿਲੋਮੀਟਰ ਦੇ ਹਿਸਾਬ ਨਾਲ ਦੇਖੀਏ 1848.63 ਸਕੇਅਰ ਕਿਲੋਮੀਟਰ, ਅਤੇ ਪਰਸੈਂਟੇਜ 3.67। ਪੰਜਾਬ ਦੇ ਲੋਕ ਨਾਚ, ਇਹ ਹੁਣ ਆਪਸ਼ਨ ਤੋਂ ਕਰਨਾ ਸੀ। ਹੁਣ ਤੁਸੀਂ ਕਮੈਂਟ ਦੇ ਵਿੱਚ ਜੋ ਜੋ ਵੀਡੀਓ ਦੇਖੂਗਾ ਅਤੇ ਜਿਹਨੂੰ ਜਿਹਨੂੰ ਵਧੀਆ ਲੱਗੂਗੀ ਉਹ ਜ਼ਰੂਰ ਕਮੈਂਟ ਕਰਿਓ ਵੀ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਨੇ। 86ਵੀਂ ਅਮੈਂਡਮੈਂਟ ਐਕਟ 2009, ਇਹ ਕੀ ਸੀਗਾ? ਸਟੇਟ ਸ਼ੈਲ ਪ੍ਰੋਵਾਈਡ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਆਲ ਚਿਲਡਰਨਸ ਆਫ ਏਜ 6 to 14। ਫੁੱਲ ਫਾਰਮ ਆਫ DVD ਪੁੱਛੀ ਹੋਈ ਸੀਗੀ, ਡਿਜੀਟਲ ਵਰਸਟਾਈਲ ਡਿਸਕ, ਅਤੇ CD ਦੀ ਪੁੱਛ ਸਕਦੇ ਨੇ ਕੰਪੈਕਟ ਡਿਸਕ। ਇੱਦਾਂ ਰੇਂਜ ਆਫ ਲੈਨ ਪੁੱਛੀ ਹੋਈ ਸੀਗੀ, ਠੀਕ ਹੈ, ਇਹਦੀ ਫੁੱਲ ਫਾਰਮ ਜ਼ਰੂਰ ਦੱਸਿਓ। ਚਲੋ ਆਪਾਂ ਲਿਖੇ ਦਿੱਤੀ, ਲੋਕਲ ਏਰੀਆ ਨੈਟਵਰਕ 1 ਕਿਲੋਮੀਟਰ ਤੋਂ 10 ਕਿਲੋਮੀਟਰ ਹੈ। ਫਿਰ ਮੈਨ ਮੈਟਰੋਪੋਲੀਟਨ ਏਰੀਆ ਨੈਟਵਰਕ, ਇਹ 5 to 50 ਕਿਲੋਮੀਟਰ ਦੇ ਵਿੱਚ ਰੇਂਜ ਹੁੰਦੀ ਹੈ ਇਹਦੀ, ਅਤੇ ਵੈਨ ਵਾਈਡ ਏਰੀਆ ਨੈਟਵਰਕ 50 ਕਿਲੋਮੀਟਰ ਤੋਂ ਜ਼ਿਆਦਾ। ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ। ਇੰਨੀ ਜਾਣਕਾਰੀ ਕੋਈ ਨਹੀਂ ਦੇ ਰਿਹਾ, ਆਪਾਂ ਪੂਰੀ ਸਰਚ ਕਰਕੇ, ਠੀਕ ਹੈ, ਫਿਰ ਇਹਨਾਂ ਦੇ ਆਂਸਰ ਲੈ ਕੇ ਆਈਦਾ, ਵੱਧ ਤੋਂ ਵੱਧ ਜਾਣਕਾਰੀ ਦੇਈਦੀ ਹੈ। ਤਾਂ ਸ਼ੇਅਰ ਕਰਿਓ, ਧੰਨਵਾਦ।